ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਾਸਟਰ ਕੈਡਰ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਨੌਕਰੀ ਲਈ ਮਾਸਟਰ ਕੈਡਰ ਸਾਹਿਬ ਦਾ ਪੇਪਰ ਲਿਆ ਗਿਆ ਸੀ ਪਰ ਉਸ ਪੇਪਰ ਵਿੱਚ ਕਾਫੀ ਹੇਰਫੇਰ ਕੀਤੀ ਗਈ ਹੈ ਜਿਸ ਦਾ ਕਾਫੀ ਨੁਕਸਾਨ ਪੇਪਰ ਦੇਣ ਵਾਲੇ ਕੈਂਡੀਡੇਟ ਨੂੰ ਹੋਇਆ ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ ਸੀ ਪਰ ਹੁਣ ਭਰਤੀ ਲਈ ਜੋ ਮਾਸਟਰ ਕੈਡਰ ਦਾ ਪੇਪਰ ਲਿਆ ਗਿਆ ਉਸ ਪੇਪਰ ਦੇ ਪ੍ਰਸ਼ਨਾਂ ਵਿੱਚ ਕਾਫੀ ਹੇਰਫੇਰ ਕੀਤੀ ਗਈ ਹੈ ਅਤੇ ਕਾਫੀ ਨੰਬਰ ਕੈਂਡੀਡੇਟ ਦੇ ਕੱਟੇ ਗਏ ਹਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਪੇਪਰ ਨੂੰ ਦੁਬਾਰਾ ਚੈੱਕ ਕਰਵਾਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਪੇਪਰ ਵਿੱਚ ਹੇਰਾਫੇਰੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪਟਿਆਲਾ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਲਾਈਵ ਭਾਰਤ ਮੇਰਾ ਨਾਮ ਲਵਪ੍ਰੀਤ ਸਿੰਘ ਹੈ ਜੀ ਹਾਂਜੀ ਅਸੀਂ ਮਾਸਟਰ ਕੇਡਰ ਮੈਥ ਦੇ ਕੈਂਡੀਡੇਟ ਸਾਰੇ ਇਕੱਠੇ ਹੋਏ ਹਾਂ ਇੱਥੇ 28 ਅਗਸਤ ਨੂੰ ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਦਾ ਜੋ ਪੇਪਰ ਲਿਆ ਗਿਆ ਸੀਗਾ ਅਤੇ ਉਸ ਪੇਪਰ ਦੇ ਲੈਣ ਤੋਂ ਬਾਅਦ ਵਿਭਾਗ ਵੱਲੋਂ ਆਂਸਰ ਕੀ ਜਾਰੀ ਕੀਤੀ ਗਈ ਉਸ ਆਂਸਰ ਕੀ ਦੇ ਵਿੱਚ 20 ਕੁਐਸਚਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਆਂਸਰ ਗਲਤ ਐਲਾਨੇ ਗਏ 12 ਕੁਐਸਚਨ ਪੇਪਰ ਦੇ ਵਿੱਚ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦਾ ਕੋਈ ਵੀ ਆਂਸਰ ਨਹੀਂ ਸੀ ਜਿਵੇਂ ਏ ਬੀ ਸੀ ਡੀ ਦੇ ਵਿੱਚੋਂ ਕੋਈ ਵੀ ਜਿਹੜੀ ਆਪਸ਼ਨ ਉਹ ਮੈਚ ਨਹੀਂ ਕਰ ਰਹੀ ਸੀ ਉਸ ਤੋਂ ਬਾਅਦ ਜਦੋਂ ਵਿਭਾਗ ਨੇ ਸਾਡੇ ਤੋਂ ਓਬਜੈਕਸ਼ਨਸ ਮੰਗੀਆਂ ਸੀ ਓਬਜੈਕਸ਼ਨਸ ਲਗਾਈਆਂ ਓਬਜੈਕਸ਼ਨ ਲਗਾਉਣ ਤੋਂ ਬਾਅਦ ਹੁਣ ਜਿਹੜੀ ਕੱਲ੍ਹ ਆਂਸਰ ਕੀ ਆਈ ਹੈ ਉਸ ਦੇ ਵਿੱਚ ਵੀ ਤਕਰੀਬਨ 16-17 ਕੁਐਸਚਨਾਂ ਦੀ ਫੇਰ ਗਲਤੀ ਹੈ ਵਿਭਾਗ ਦੇ ਵੱਲੋਂ ਜਿਹੜੇ ਕੁਐਸਚਨਾਂ ਦੀ ਕੋਈ ਵੀ ਆਪਸ਼ਨ ਮੈਚ ਨਹੀਂ ਕਰ ਰਹੀ ਸੀ ਉਹਨਾਂ ਦੀ ਆਪਸ਼ਨ ਉਹਨਾਂ ਨੇ ਲਗਾ ਕੇ ਭੇਜੀ ਹੈ ਜਿਸ ਕਰਕੇ ਜਿਨ੍ਹਾਂ ਦਾ ਤੁੱਕਾ ਚੱਲ ਗਿਆ ਉਸ ਆਪਸ਼ਨ ਦੇ ਉੱਪਰ ਉਹਨਾਂ ਦੇ ਮਾਰਕਸ ਵੱਧ ਗਏ ਅਤੇ ਜਿਨ੍ਹਾਂ ਦਾ ਉਸ ਆਪਸ਼ਨ ਨੂੰ ਮੈਚ ਨਹੀਂ ਕੀਤਾ ਉਹਨਾਂ ਦਾ ਨੁਕਸਾਨ ਹੋਇਆ ਇਸ ਤੋਂ ਇਲਾਵਾ 6-7 ਕੁਐਸਚਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਅਸੀਂ ਵਿਦ ਪਰੂਫ ਅਸੀਂ ਨਾਲ ਲੈ ਕੇ ਆਏ ਹਾਂ ਕਿ ਇਹਨਾਂ ਕੁਐਸਚਨ ਉਸ ਤਰ੍ਹਾਂ ਦੇ ਕੁਐਸਚਨ ਨੇ ਜਿਨ੍ਹਾਂ ਦੇ ਵਿੱਚ ਜੇਕਰ ਬੀ ਆਂਸਰ ਸਹੀ ਬਣਦਾ ਤਾਂ ਉਸ ਦੀ ਆਪਸ਼ਨ ਸੀ ਲਗਾਤੀ ਵਿਭਾਗ ਨੇ ਜੇ ਡੀ ਆਪਸ਼ਨ ਬਣਦੀ ਹੈ ਤਾਂ ਉਸ ਦਾ ਆਂਸਰ ਏ ਲਗਾ ਕੇ ਭੇਜਤਾ ਜਿਸ ਦੇ ਕਰਕੇ ਬਹੁਤ ਸਾਰੇ ਡਿਜ਼ਰਵਿੰਗ ਕੈਂਡੀਡੇਟ ਨੇ ਜਿਹੜੇ ਉਹ ਨੌਕਰੀ ਤੋਂ ਵਾਂਝੇ ਰਹਿ ਜਾਣਗੇ ਹੁਣ ਸਾਡੀ ਇਸ ਸਮੇਂ ਮੰਗ ਇਹ ਹੈ ਸਾਰੇ ਸਾਥੀਆਂ ਦੀ ਕਿ ਜਿਹੜਾ ਨਤੀਜਾ ਉਹ ਦੁਬਾਰਾ ਤੋਂ ਐਲਾਨਿਆ ਜਾਵੇ ਆਂਸਰ ਕੀਜ਼ ਨੂੰ ਰਿਵਾਈਜ਼ ਕੀਤਾ ਜਾਵੇ ਅਸੀਂ ਪੰਜਾਬ ਸਰਕਾਰ ਨੂੰ ਵੀ ਮੰਗ ਕਰਦੇ ਹਾਂ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਸਾਰੀਆਂ ਭਰਤੀਆਂ ਇਮਾਨਦਾਰੀ ਨਾਲ ਪੂਰੀਆਂ ਕੀਤੀਆਂ ਜਾਣਗੀਆਂ ਪਰ ਸਾਨੂੰ ਇਮਾਨਦਾਰੀ ਕਿਤੇ ਵੀ ਨਜ਼ਰ ਨਹੀਂ ਆ ਰਹੀ ਸਾਡੇ ਸਾਰੇ ਸਾਥੀਆਂ ਦੇ ਤਕਰੀਬਨ 100 ਤੋਂ ਉੱਪਰ ਨੰਬਰ ਬਣਦੇ ਸੀਗੇ ਪਹਿਲਾਂ ਜਿਹੜੇ ਕਿ ਹੁਣ 100 ਤੋਂ ਥੱਲੇ ਹੋ ਗਏ ਨੇ ਤਾਂ ਬਹੁਤ ਸਾਰੇ ਅਨਡਿਜ਼ਰਵਿੰਗ ਕੈਂਡੀਡੇਟਸ ਨੇ ਜਿਹੜੇ ਉਹ ਜੋਬ ਲੈ ਜਾਣਗੇ ਇਹਨਾਂ ਤਰੁੱਟੀਆਂ ਦੇ ਕਰਕੇ ਕਿਉਂਕਿ ਤਕਰੀਬਨ 20 ਨੰਬਰ ਨੇ ਜਿਹੜੇ ਇੱਧਰ ਉੱਧਰ ਕੀਤੇ ਗਏ ਨੇ ਵਿਭਾਗ ਵੱਲੋਂ ਸਾਡੇ ਸਾਰੇ ਸਾਥੀ ਜਿਹੜੇ ਇਕੱਠੇ ਹੋਏ ਆ ਸਾਡੇ ਮਿਨੀਮਮ 7 ਤੋਂ 8 ਨੰਬਰ ਹੋਰ ਵੱਧਦੇ ਨੇ ਅਤੇ ਅਸੀਂ ਇਹ ਸਾਰੇ ਜੈਨੂਅਨ ਨੰਬਰਾਂ ਦੀ ਗੱਲ ਕਰ ਰਹੇ ਹਾਂ ਸਾਡੇ ਕੋਲ ਸਾਰੀਆਂ ਬੁੱਕਸ ਦੇ ਪਰੂਫ ਨੇ ਸਾਰੇ ਟੀਚਰਸ ਦੇ ਪਰੂਫ ਨੇ ਇਹਨਾਂ ਨੂੰ ਕੋਈ ਵੀ ਗਲਤ ਜਿਹੜਾ ਪਰੂਫ ਨਹੀਂ ਕਰ ਸਕਦਾ ਜਿਹੜੀਆਂ ਅਸੀਂ ਮੰਗਾਂ ਲੈ ਕੇ ਆਏ ਹਾਂ ਤਾਂ ਜੇਕਰ ਸਾਡੀ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਅਸੀਂ ਇਸ ਤੋਂ ਬਾਅਦ ਕੋਰਟ ਕੇਸ ਲਾਵਾਂਗੇ ਜਿਹਦੇ ਨਾਲ ਬੇਰੁਜ਼ਗਾਰਾਂ ਦੀ ਜਿਹੜੀ ਜੇਬ 'ਤੇ ਹੋਰ ਡਾਕਾ ਵੱਜੂਗਾ ਅਤੇ ਅਸੀਂ ਮੰਗ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਕੁਝ ਵੀ ਹੋਣ ਤੋਂ ਪਹਿਲਾਂ ਸਾਡੀਆਂ ਮੰਗਾਂ ਪੂਰੀਆਂ ਜਾਣ ਰਿਵਾਈਜ਼ਡ ਆਂਸਰ ਕੀ ਦੁਬਾਰਾ ਰਿਵਾਈਜ਼ ਕੀਤੀ ਜਾਵੇ ਜਿਹੜੀ ਸਕਿਉਰਟਨੀ ਸਰਕਾਰ ਨੇ ਬੁਲਾਈ ਹੈ ਵਿਭਾਗ ਨੇ ਉਹਨੂੰ ਰੋਕਿਆ ਜਾਵੇ ਜਿਹੜੀ ਇਹ ਸਾਰੀ ਪ੍ਰੋਸੈਸ ਹੈ ਉਸ ਦੇ ਉੱਪਰ ਸਟੇ ਲਗਾਈ ਜਾਵੇ ਤਾਂ ਕਿ ਸਾਰਿਆਂ ਨੂੰ ਬਣਦਾ ਇਨਸਾਫ ਮਿਲ ਸਕੇ ਜੀ ਨਤੀਜੇ ਮੇਰਾ ਨਾਮ ਲਵਪ੍ਰੀਤ ਸਿੰਘ ਹੈ ਜੀ ਅਤੇ ਅਸੀਂ ਅੱਜ ਮਾਸਟਰ ਕੇਡਰ ਮੈਥ ਦੇ ਵੱਲੋਂ ਸਾਰੇ ਕੈਂਡੀਡੇਟ ਇਕੱਠੇ ਹੋਏ ਹਾਂ ਮਾਸਟਰ ਕੇਡਰ ਮੈਥ ਦਾ ਪੇਪਰ ਵਿਭਾਗ ਵੱਲੋਂ 28 ਅਗਸਤ ਨੂੰ ਲਿਆ ਗਿਆ ਸੀਗਾ ਉਸ ਤੋਂ ਕੁਛ ਦਿਨਾਂ ਬਾਅਦ ਵਿਭਾਗ ਵੱਲੋਂ ਆਂਸਰ ਕੀ ਜਾਰੀ ਕੀਤੀ ਗਈ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡੀ ਤਰੁੱਟੀ ਇਹ ਹੈ ਕਿ ਜਿਹੜਾ ਪੇਪਰ ਲਿਆ ਗਿਆ ਸੀਗਾ ਵਿਭਾਗ ਦੇ ਵੱਲੋਂ ਉਸ ਪੇਪਰ ਦੇ ਵਿੱਚ 12 ਤੋਂ 13 ਕੁਐਸਚਨ ਇਸ ਤਰ੍ਹਾਂ ਦੇ ਸੀ ਜਿਹੜੇ ਕਿ ਗਲਤ ਸੀ ਉਹਨਾਂ ਦੀ ਏ ਬੀ ਸੀ ਡੀ ਦੇ ਵਿੱਚੋਂ ਕੋਈ ਵੀ ਆਪਸ਼ਨ ਮੈਚ ਨਹੀਂ ਕਰ ਰਹੀ ਸੀ ਇਸ ਕਰਕੇ ਜਿਸ ਸਾਥੀਆਂ ਨੂੰ ਬਹੁਤ ਲੌਸ ਹੋਇਆ ਸਮਾਂ ਬਰਬਾਦ ਹੋਇਆ 7-8 ਕੁਐਸਚਨ ਇਸ ਤਰ੍ਹਾਂ ਦੇ ਨੇ ਆਂਸਰ ਕੀ ਦੇ ਵਿੱਚ ਜਿਨ੍ਹਾਂ ਦੇ ਆਂਸਰ ਜੇਕਰ ਬੀ ਆਉਣਾ ਚਾਹੀਦਾ ਤਾਂ ਡੀ ਲਗਾਇਆ ਗਿਆ ਜੇ ਸੀ ਆਉਣਾ ਚਾਹੀਦਾ ਤਾਂ ਏ ਲਗਾਇਆ ਗਿਆ ਜਿਸ ਦੇ ਕਰਕੇ ਜਿਹੜੇ ਡਿਜ਼ਰਵਿੰਗ ਕੈਂਡੀਡੇਟਸ ਨੇ ਉਹਨਾਂ ਦੇ ਤਕਰੀਬਨ 7-8 ਨੰਬਰ ਘੱਟ ਗਏ ਨੇ ਜਿੰਨੇ ਵੀ ਸਾਥੀ ਅਸੀਂ ਇੱਥੇ ਇਕੱਠੇ ਹੋਏ ਹਾਂ ਸਾਡੇ ਤਕਰੀਬਨ ਸਾਰਿਆਂ ਦੇ ਮਿਨੀਮਮ 8 ਤੋਂ 9 ਨੰਬਰ ਵਿਭਾਗ ਵੱਲੋਂ ਕੱਟ ਕਰ ਦਿੱਤੇ ਗਏ ਨੇ ਅਤੇ ਸਾਡੀ ਹੁਣ ਮੰਗ ਇਹ ਹੈ ਵਿਭਾਗ ਦੇ ਅੱਗੇ ਪੰਜਾਬ ਸਰਕਾਰ ਅੱਗੇ ਕਿ ਜਿਹੜਾ ਇਹ ਤੁਸੀਂ ਨਤੀਜਾ ਐਲਾਨਿਆ ਉਸ ਨੂੰ ਦੁਬਾਰਾ ਰਿਵਾਈਜ਼ ਕੀਤਾ ਜਾਵੇ ਜਿਹੜੀ ਸਕਿਉਰਟਨੀ ਪ੍ਰੋਸੈਸ ਬਾਰੇ ਗੱਲ ਕੀਤੀ ਗਈ ਹੈ ਅਤੇ ਜਿਹੜੀ ਸੋਮਵਾਰ ਤੋਂ ਸ਼ੁਰੂ ਹੋਏਗੀ ਉਸ ਪ੍ਰੋਸੈਸ ਨੂੰ ਰੋਕਿਆ ਜਾਵੇ ਸਾਰੀ ਭਰਤੀ ਦੇ ਉੱਪਰ ਮੈਥ ਵਾਲੀ ਦੇ ਉੱਪਰ ਸਟੇ ਲੱਗੇ ਤਾਂ ਕਿ ਜਿਹੜੇ ਸਾਥੀ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਅਸੀਂ ਇਹ ਸਾਰੇ ਪਰੂਫ ਲੈ ਕੇ ਆਏ ਹਾਂ ਜਿਸ ਦੇ ਵਿੱਚ ਬੁੱਕਸ ਦੇ ਪਰੂਫ ਨੇ ਸਾਰੇ ਟੀਚਰਸ ਦੇ ਪਰੂਫ ਨੇ ਜਿਹਦੇ ਨਾਲ ਅਸੀਂ ਇਹ ਸਿੱਧ ਕਰਦੇ ਹਾਂ ਕਿ ਜਿਹੜੀ ਆਂਸਰ ਕੀ ਭੇਜੀ ਗਈ ਸੀ ਵਿਭਾਗ ਵੱਲੋਂ ਉਹ ਬਿਲਕੁਲ ਗਲਤ ਹੈ ਤਕਰੀਬਨ 15 ਤੋਂ 20 ਕੁਐਸਚਨ ਦੀ ਹੇਰਫੇਰ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਜਿਹਨੇ ਗੱਲਾਂ ਕੀਤੀਆਂ ਸੀ ਕਿ ਇਮਾਨਦਾਰੀ ਨਾਲ ਭਰਤੀਆਂ ਕਰਾਂਗੇ ਸਾਰੀਆਂ ਤਾਂ ਉਹ ਇਮਾਨਦਾਰੀ ਸਾਨੂੰ ਦਿਖਾਉਣ ਜਿਹੜੀ ਸਾਨੂੰ ਕਿਤੇ ਵੀ ਨਜ਼ਰ ਨਹੀਂ ਆ ਰਹੀ ਜੇਕਰ ਸਾਡੀਆਂ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਭਰਤੀ ਨੂੰ ਸਟੇ ਨਾ ਲਗਾਈ ਗਈ ਤਾਂ ਅਸੀਂ ਕੋਰਟ ਕੇਸ ਕਰਾਂਗੇ ਅਤੇ ਕੋਰਟ ਕੇਸ ਦੇ ਨਾਲ ਸਾਡੇ ਬੇਰੁਜ਼ਗਾਰ ਸਾਥੀਆਂ ਦੀ ਜੇਬ 'ਤੇ ਇੱਕ ਹੋਰ ਡਾਕਾ ਵੱਜੇਗਾ
तो असं मंग करते हैं कि साड़ियाँ मंगा पूरिया जान, इस तो बाद असं विरोध किया जाएगा साढ़े वालों।